ਸਰੋ ਪੁੱਤ ਇੱਕ ਮਿੰਟ ਰੋਕੀ। ਇੱਕ ਗੱਡੀ ਰਸਤੇ ਚ ਖੜੀ ਹੈ, HR 72 C 6561। ਉਹਨੂੰ ਪਾਸੇ ਕਰ ਦਿਓ ਇਨੋਵਾ ਇੱਕ PB 29 00 18। ਪਾਸੇ ਕਰ ਦਿਓ, ਡਿੱਕਾ ਲਾਉਂਦੀਆਂ ਗੱਡੀਆਂ ਥੋੜ੍ਹੇ ਜਿਹਾ ਰਸਤੇ ਚ ਖੜੀਆਂ, ਕਿਤੇ ਪਤਾ ਨਹੀਂ ਇੱਧਰ ਖੜੀਆਂ ਕਿ ਇੱਧਰ ਖੜੀਆਂ। ਕੋਈ ਨਹੀਂ, ਬੇਫਿਕਰ ਹੋ ਜਾਓ, ਇਹ ਆਪਣੇ ਘਰ ਦਾ ਪ੍ਰੋਗਰਾਮ ਹੈ, ਗੱਲ ਨਹੀਂ ਕੋਈ ਨਹੀਂ। ਜਿਵੇਂ ਸਾਨੂੰ ਬਹੁਤ ਖੁਸ਼ੀ ਹੈ ਵੀ ਇੰਨੇ ਆਪਦੇ ਸੰਬੰਧ ਹੋਣ, ਜਿੱਥੇ ਉੱਥੇ ਕਹਿੰਦੇ ਹੁੰਦੇ ਕੀ ਗੋਲੀ ਕੀ ਨਖਰਾ, ਉੱਥੇ ਉਹੋ ਜਿਹਾ ਹਿਸਾਬ ਨਹੀਂ ਹੁੰਦਾ। ਇਹ ਸਾਡਾ ਆਪਦਾ ਪਰਿਵਾਰ ਹੈ। ਬੜਾ ਚਿਰ ਪਹਿਲਾਂ ਬਾਈ ਹੋਰੀ ਤੋਂ ਫੋਨ ਆਉਂਦਾ ਹੁੰਦਾ ਸੀ ਵੀ ਆਪਾਂ ਲਵਪ੍ਰੀਤ ਦਾ ਵਿਆਹ ਕਰਨਾ, ਅੱਜ ਉਹ ਸੁਭਾਗਾ ਦਿਨ ਆ ਗਿਆ, ਹੈ ਨਾ, ਸਾਰਾ ਕੁਛ ਹੋ ਗਿਆ। ਇਹ ਬਹੁਤ ਵੱਡੀ ਗੱਲ ਹੈ। ਆਪਦੇ ਕਿਸੇ ਨੂੰ ਪਹਿਲ ਦੇਣੀ, ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ, ਆਪਣੇ ਕਿਸੇ ਨੂੰ ਟਾਈਮ ਬਖਸ਼ਣਾ, ਉਸੇ ਤਰ੍ਹਾਂ ਉਹ ਖੁਸ਼ੀਆਂ ਦੇ ਵਿੱਚ ਸ਼ਾਮਿਲ ਕਰਨਾ, ਇਹ ਬਹੁਤ ਵੱਡੀ ਗੱਲ। ਮੈਂ ਇਹ ਵੱਡਾਪਣ ਸਮਝਦਾ ਸਰਦਾਰ ਜਗਜੀਤ ਸਿੰਘ ਜੀ ਬਰਾੜ ਸਾਹਿਬ ਹੋਰਾਂ ਦਾ। ਦੁਕਾਨਾਂ ਚੁਬਾਰਾ ਤੁਹਾਡੀ ਨਜ਼ਰ ਕਰਦੇ ਆ, ਬਸ ਅੱਧਾ ਪੌਣਾ ਘੰਟਾ ਆਪਾਂ ਸੁਣਨ ਵਾਲੇ ਗੀਤ ਲਾਉਣੇ, ਉਦੋਂ ਮਗਰੋਂ ਫਿਰ ਜਿਵੇਂ ਬਾਈ ਲਵਪ੍ਰੀਤ ਦੇ ਦੋਸਤ ਆਏ ਹੋਏ ਨੇ, ਜਦੋਂ ਉਹਨਾਂ ਨੇ ਨੱਚਣਾ ਨੱਚਣਾ ਹੋਇਆ ਮੈਨੂੰ ਦੱਸ ਦਿਓ ਜੀ। ਹਾਂ, ਆਪਾਂ ਥੋੜ੍ਹੇ ਜਿਹਾ ਫਿਰ ਇਹਦੇ ਰੇਸ ਵਧਾ ਦੇਣਗੇ। ਐਂ ਚੱਲਦਾ ਹੁੰਦਾ ਕੰਮ, ਕਿਉਂਕਿ ਭਾਈ ਉਹਨਾਂ ਦਾ ਵੀ ਖਿਆਲ ਰੱਖਣਾ, ਇੰਨੀ ਦੂਰੋਂ ਆਏ ਨੇ, ਵਿਆਹ 'ਚ ਸ਼ਾਮਿਲ ਹੋਏ ਨੇ। ਚੁਬਾਰਾ ਤੁਹਾਡੀ ਨਜ਼ਰ ਆਓ ਜੀ। ਚੁਬਾਰਾ ਸਾਡਾ ਬਹੁਤ ਪਿਆਰਾ ਗੀਤ ਹੈ। ਤੁਹਾਨੂੰ ਪਤਾ ਹੈ ਵੀ ਜਦੋਂ ਵਿਆਹ ਰੱਖਿਆ ਜਾਂਦਾ ਹੈ, ਆਹ ਤੁਸੀਂ ਪ੍ਰੀ ਵੈਡਿੰਗ ਵੀ ਵੇਖੀ ਹੈ, ਹੈ ਨਾ, ਪੁਰਾਣੇ ਘਰ ਨੂੰ ਨਵਾਂ ਮਹਿਲ ਅਰਕਾ ਬਣਾ ਦੇਣਾ, ਕਿਆ ਬਾਤ ਹੈ ਯਾਰ। ਹਾਂ, ਮਿਸਤਰੀ ਲਾਏ ਜਾਂਦੇ ਨੇ, ਬੜਾ ਕੁਛ ਹੁੰਦਾ, ਰੌਲਾ ਕਿੱਥੇ ਹੁੰਦਾ। ਅੱਜ ਕੱਲ੍ਹ ਨੈੱਟ ਦਾ ਜ਼ਮਾਨਾ ਆ ਗਿਆ, ਜਦੋਂ ਮੰਗਣਾ ਹੋ ਜਾਂਦਾ ਰਿੰਗ ਸੈਰਾਮਨੀ, ਰਿੰਗ ਸੈਰਾਮਨੀ। ਆਹ, ਨਵੇਂ ਨਵੇਂ ਨਾਂ ਆ ਗਏ ਨੇ ਅੰਗਰੇਜ਼ੀ। ਆਹ ਸਾਡੀ ਭੈਣ ਜੀ ਹੋਰੀ ਬੈਠੀਆਂ ਨੇ, ਮੈਂ ਨਾ ਕਦੇ ਕਦੇ ਸੋਚਦਾ ਹੁੰਦਾ ਵੀ ਨਵੇਂ ਨਵੇਂ ਨਾਂ ਆ ਗਏ। ਅੱਜ ਤੋਂ ਥੋੜ੍ਹੇ ਸਾਲ ਪਹਿਲਾਂ ਅਗਲਾ ਆਵਾਜ਼ ਮਾਰਦਾ ਹੁੰਦਾ ਸੀ, ਉਹ ਲਾਣੇਦਾਰ ਨਹੀਂ ਹੈ, ਸਰਦਾਰ ਨਹੀਂ ਹੈ, ਹਾਂ, ਐਂ ਐਂ ਆਵਾਜ਼ ਮਾਰਦੇ ਹੁੰਦੇ ਸੀ। ਹੁਣ ਨਵਾਂ ਹੀ ਜ਼ਮਾਨਾ ਆ ਗਿਆ, ਘਰ ਵਾਲੇ ਨੂੰ ਪੁੱਤ ਕਹੀ ਜਾਂਦੇ, ਹੈਲੋ ਪੁੱਤ ਕਿਵੇਂ ਆ ਦੱਸ। ਆਹ, ਨਵਾਂ ਜ਼ਮਾਨਾ ਆ ਗਿਆ। ਅੱਗੇ ਜੇ ਕਿਸੇ ਕੋਈ ਲਵਲੀ ਠੇਡਾ ਖਾ ਜਾਂਦੇ ਨਾ, ਐਂ ਕਰਕੇ ਐਂ ਠੇਡਾ, ਤੇ ਬੁੜੀਆਂ ਨੇ ਨਫਟੇ ਹੋ। ਤੇ ਅੱਜ ਕੱਲ੍ਹ ਬੁੜੀਆਂ ਵੇਖਦੀਆਂ ਨੇ TV, ਜਦੋਂ ਠੇਡਾ ਖਾਂਦੀਆਂ ਨੇ ਬੜੇ ਚਾਰ ਆਏ, ਮੇਰੇ ਮਾਲਕਾਂ ਕਾਂ, ਵੇਖਣ ਵਾਲਿਆਂ ਦਾ ਵੀ ਕਾਲਜਾ ਨਿਕਲ ਜਾਂਦਾ ਵੀ ਆਹ ਕੀ ਹੋਇਆ, ਹੈਨਾ ਬੇਬੀ, ਆਏ ਬੇਬੀ, ਐਂ ਲੱਗਦਾ ਹੁੰਦਾ ਜਿਵੇਂ ਸਿਰਤ ਜੀ ਫੇਰਤੀ ਹੁੰਦੀ ਹੈ ਕਾਲਜ 'ਚ। ਹੋਰ ਹੀ ਮਾਹੌਲ ਬਣਨ ਲੱਗ ਗਿਆ। ਗੱਭਰੂ ਦੇ ਮੁਟਿਆਰ ਮੰਗੇ ਹੋਏ ਨੇ, ਉੱਧਰ ਉੱਧਰ ਹੀ ਗੱਲਾਂ ਹੋ ਰਹੀਆਂ। ਸਾਡੇ ਗੱਭਰੂ ਹੁਣ ਹੁਸ਼ਿਆਰ ਬਹੁਤ ਹੋ ਗਏ ਨੇ, ਜਦੋਂ ਰਿੰਗ ਸੈਰਾਮਨੀ ਹੋ ਜਾਂਦੀ ਹੈ ਫਿਰ ਨਿੱਕਾ ਜਿਹਾ ਫੋਨ ਮੋਬਾਈਲ ਗਿਫਟ ਕਰ ਦਿੰਦੇ ਨੇ ਮੁਟਿਆਰ ਨੂੰ। ਫਿਰ ਜਿੰਨਾ ਚਿਕ ਵਿਆਹ ਨਹੀਂ ਹੁੰਦਾ ਉਹਨਾਂ ਚਿਕ ਜਨਮ ਦਿਨ ਮੁਬਾਰਕ ਚੱਲਦਾ। ਹਾਏ ਹਾਏ ਹਾਏ, ਹੋਰ ਸੁਣਾਓ ਕੀ, ਜਨਮ ਦਿਨ ਮੁਬਾਰਕ ਹੋ, ਹੋਰ ਸੁਣਾਓ ਕੀ ਹਾਲ ਹੈ। ਭਾਵੇਂ 6 ਮਹੀਨੇ ਨਾ ਵਿਆਹ ਹੋਵੇ, ਸਾਲ ਨਾ ਹੋਵੇ, ਫੋਨ ਤੇ ਗੱਲ ਜਾਰੀ ਰਹਿੰਦੀ ਹੈ। ਕਈ ਬੰਦੇ ਤਾਂ ਬੰਦ ਹੀ ਨਹੀਂ ਕਰਦੇ ਫੋਨ,
ਜੇ ਬਾਪੂ ਜੀ ਹੋਰਾਂ ਨੇ ਆਵਾਜ਼ ਮਾਰਤੀ ਵੀ ਪੁੱਤ ਬਾਹਰ ਵਾਜਾ ਮਾਰੀ ਜਾਂਦਾ ਕੋਈ ਖੋਲਿਆ ਬਾਹਰ, ਕਹਿੰਦੇ ਨਹੀਂ ਕੱਟੀ ਨਾ ਹਜੇ, ਬਸ ਮੈਂ ਆਇਆ ਦੋ ਮਿੰਟਾਂ 'ਚ, ਆ ਕੇ ਫਿਰ ਚੱਕ ਲੈਂਦਾ। ਮੈਂ ਇਸ ਰੰਗ ਦਾ ਕੁੜਤਾ ਲੈ ਲਿਆ, ਮੈਂ ਇਸ ਰੰਗ ਦੀ ਪੱਗ ਲੈ ਲਈ, ਮੈਂ ਇਸ ਰੰਗ ਦਾ ਲਹਿੰਗਾ ਲੈ ਲਿਆ, ਮੈਂ ਅਚਕਣ ਲੈ ਲਈ। ਉਹ ਕਿਹੜਾ ਘਰਦਾ ਪੜਦਾ ਜਿਹੜਾ ਉਧਰ ਉਧਰ ਹੀ ਜਾਣ ਨਹੀਂ ਹੁੰਦਾ, ਵਿਚੋਲੇ ਦਾ ਤਾਂ ਅੱਧਾ ਕੰਮ ਹੀ ਖਤਮ ਹੋ ਜਾਂਦਾ। ਬਹੁਤ ਗੱਲਾਂ ਹੁੰਦੀਆਂ ਨੇ। ਬਾਪੂ ਜੀ ਨੇ ਪੈਲਸ ਬੁੱਕ ਕਰਾਤਾ, ਅਸੀਂ ਸ਼ਰਾਬ ਦਾ ਡਰੰਮ ਚੜਾਤਾ, ਉਹ ਘਰਦਾ ਕਿਹੜਾ ਪੜਦਾ। ਹੁਣ ਵਿਚਾਰੀ ਨਵੀਂ ਨਵੀਂ ਅਜੇ ਮੰਗੀ ਹੈ, ਅਜੇ ਰਿੰਗ ਸੈਰਾਮਣੀ ਹੋਈ ਹੈ, ਹੁਣ ਉਹਨੂੰ ਕਰੀ ਜਾਣਗੇ। ਹੋਰ ਸੁਣਾ ਕੀ ਹਾਲ ਹੈ, ਹੋਰ ਸੁਣਾਓ ਕੀ ਹਾਲ ਹੈ, ਹੁਣ ਹੋਰ ਕਿੰਨਾ ਕੁ ਸੁਣਾਈ ਜਾਵੇ ਯਾਰ, ਹਨਾ। ਅਜੇ ਸੰਗਦੀ ਹੈ ਵਿਚਾਰੀ, ਹਾਲ ਹੀ ਇਸ ਤਰ੍ਹਾਂ ਹੁੰਦਾ। ਮੈਂ ਨਾ ਕਦੇ ਕਦੇ ਸੋਚਦਾ ਹੁੰਦਾ ਵੀ ਕਿੰਨਾ ਮਾਹੌਲ ਚੇਂਜ ਹੋ ਗਿਆ। ਕਈ ਬੰਦੇ ਫੜਾ ਮਾਰ ਦਿੰਦੇ ਨੇ, ਕਿਉਂ ਅਜੇ ਵਿਆਹ ਨਹੀਂ ਹੋਇਆ ਹੁੰਦਾ। ਸਰਦਾਰ ਜੀ, ਵਿਆਹ ਤੋਂ ਪਹਿਲਾਂ ਜਿੰਨੀਆਂ ਮਰਜ਼ੀ ਫੜਾ ਮਾਰ ਲਓ, ਬੰਦਾ ਭਾਵੇਂ ਖੇਤ ਗਿਆ ਹੋਵੇ, ਐਵੇਂ ਘਰ ਵਾਲੀ ਨੂੰ ਫੋਨ ਕਰਕੇ ਜੇ ਮੰਗਿਆ ਹੁੰਦਾ ਨਾ, ਸੁਣਾਈ ਉੱਥੇ ਮੈਨੂੰ ਛਜਲੀ ਵਾਲਾ ਛੱਪ ਮਿਲ ਗਿਆ, ਮੈਂ ਡਰਾ ਮਾਰਿਆ ਦੂਰਾ ਕਰਦਾ, ਹਜੇ ਸਹਿਕਦਾ ਸੀ ਮੈਂ ਫੜ ਕੇ ਹੱਥ ਨਾਲ ਬੁਰੇ ਸੁੱਟਦਾ। ਵਿਆਹ ਤੋਂ ਪਹਿਲਾਂ ਜਿੰਨੇ ਮਰਜ਼ੀ ਫਿੰਟਰ ਮਾਰ ਲਓ ਚੱਲਦੇ ਨੇ, ਪਰ ਜਦੋਂ ਵਿਆਹ ਹੋ ਜੇ ਉਦੋਂ ਬਾਅਦ ਬਾਈ ਜੀ ਨਬਜ਼ ਹੀ ਚੱਲਦੀ ਹੈ, ਇਕੱਲੀ ਨਬਜ਼। ਉਹ ਵੀ ਘਰ ਵਾਲੀ ਨੂੰ ਪੁੱਛ ਕੇ ਚੱਲਦੀ ਹੈ ਵੀ ਕਿੰਨੇ ਕੁ ਵਾਰੀ ਧੜਕੇ ਹੈ ਜੀ, ਮੈਨੂੰ ਦੱਸ ਨਹੀਂ, ਬਸ ਉਹਦੀ ਆਪਾਂ ਫੇਰ ਧੜਕ ਲਾਂਗੇ। ਆਹ ਹਾਲ ਹੋ ਜਾਂਦਾ। ਚੁਬਾਰਾ ਤੁਹਾਡੀ ਨਜ਼ਰ ਕਰਦੇ ਹਾਂ, ਗੱਭਰੂ ਤੇ ਮੁਟਿਆਰ ਉਧਰ ਉਧਰ ਹੀ ਗੱਲਾਂ ਕਰਦੇ ਨੇ। ਮਿਸਤਰੀ ਕੱਲ ਹਟਾਤਾ, ਮਿਸਤਰੀ ਇਹ ਜੀ ਕਿਹੜੀ ਚੀਜ਼ ਹੈ, ਜਦੋਂ ਘਰੇ ਲੱਗ ਜੇ ਛੇਤੀ ਛੇਤੀ ਖੜਾ ਨਹੀਂ ਛੱਡਦਾ, ਨਿੱਕੇ ਨਿੱਟੇ ਕੰਮ ਛੱਡ ਰੱਖਦਾ। ਪਰ ਗੱਭਰੂ ਹੁਸ਼ਿਆਰ ਬਹੁਤ ਨੇ, ਪਹਿਲੀਆਂ 'ਚ ਉਹੀ ਕੰਮ ਕੀਤਾ ਜੋ ਜ਼ਰੂਰੀ ਹੁੰਦਾ। ਸੁਣੋ ਕੀ ਕੀਤਾ, ਅਸੀਂ ਵੀ ਮਿਸਤਰੀ ਕੱਲ ਹਟਾਤਾ, ਛਗਣ ਲਈ ਪੈਲਸ ਬੁੱਕ ਕਰਾਤਾ, ਅਸੀਂ ਵੀ ਮਿਸਤਰੀ ਕੱਲ ਹਟਾਤਾ, ਛਗਣ ਲਈ ਪੈਲਸ ਬੁੱਕ ਕਰਾਤਾ, ਆਉਂਦੀ ਦੇਖ ਕੇ ਗਰਮੀ ਮੂਰੇ, ਆਉਂਦੀ ਦੇਖ ਕੇ ਗਰਮੀ ਏਸੀ ਫਿੱਟ ਕਰਾਤਾ, ਬਾਪੂ ਨੇ ਨੀ ਸਾਡੇ ਲਈ ਇੱਕ ਵੱਖ ਚਬਾਰਾ ਪਾਤਾ, ਬਾਪੂ ਨੇ ਨੀ ਆਪਣੇ ਲਈ ਇੱਕ ਵੱਖ ਚਬਾਰਾ ਪਾਤਾ, ਬੈਣੀ ਨੇ ਹੁਣ ਤਾਂ ਤੇਰੀਆਂ ਬਸ ਉੱਡੀਆਂ। ਕੱਟੀ ਕਮੀ ਸੁਖੋਰੀ ਕੱਟੀ
ਇੱਕ ਵਕ ਚ ਭਰ ਪਕੜਣੀ ਨੇ ਮੇਰੀ ਸਾਹੇ ਨਾਲ ਰੱਬ ਬਣਤੀ ਮਾਰ ਕੇ ਸੁਣਿਓ ਤੁਹਾਡੇ ਸੁਣਨ ਵਾਲੀ ਹੈ ਪਹਿਲਾਂ ਤਾਂ ਗੱਲਾਂ ਮੇਰੇ ਪਾਸੇ ਪਾਸੇ ਹੁੰਦੀਆਂ ਸੀ ਪਰ ਅੱਜ ਕੱਲ੍ਹ ਗੱਲਾਂ ਸ਼ਾਹ ਜੀ ਮੇਰੇ ਸਾਹਮਣੇ ਹੁੰਦੀਆਂ ਨੇ ਉਹਦੇ ਵਿਆਹ ਦਾ ਹਾਂ ਇਹ ਗੀਤ ਅਸੀਂ ਇਹਨਾਂ ਰਾਹੀਂ ਗਾ ਰਹੇ ਹਾਂ ਬਸ ਕਿੰਨਾ ਚਾਹ ਸਭ ਨੂੰ ਸਾਡੇ ਵਿਆਹ ਦਾ ਵੱਡੇ ਕਾਰਡ ਅੱਧ ਤੋਂ ਜ਼ਿਆਦਾ ਕਿੰਨਾ ਚਾਹ ਸਭ ਨੂੰ ਸਾਡੇ ਵਿਆਹ ਦਾ ਨੀ ਵੱਡੇ ਕਾਰਡ ਅੱਧ ਤੋਂ ਜ਼ਿਆਦਾ ਫੜ ਬੱਬੂ ਤੇ ਭਿੰਦੇ ਸ਼ਾਹ ਫੜ ਬੱਬੂ ਤੇ ਭਿੰਦੇ ਸ਼ਾਹ ਦਾ ਦੁੱਖ ਕਰਾਤਾ ਚਾਚੂ ਨੇ ਨੀ ਸਾਡੇ ਲਈ ਇੱਕ ਵਕਤ ਬਾਰਾ ਪਤਾ ਬਾਪੂ ਨੇ ਆਪਣੇ ਲਈ ਇੱਕ ਵਕਤ ਬਾਰਾ ਪਤਾ ਡੈਡੀ ਨੇ ਨੀ ਸਾਡੇ ਲਈ ਇੱਕ ਵਕਤ ਬਾਰਾ ਪਤਾ ਬਾਪੂ ਨੇ ਮੇਰੀ ਸਾਰੇ ਨਾਲ ਨੱਤ ਬਣਤੀ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਬਹੁਤ ਪਿਆਰਾ ਗੀਤ ਹੈ